दरगाह
ਗੁਰਬਾਣੀ ਦਾ ਫਰਮਾਨ ਹੈ, ਜਨਮ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਜੀਵ ਸੰਸਾਰ ਵਿੱਚ ਜਨਮ ਲੈਂਦਾ ਹੈ ਅਤੇ ਉਸਦੇ ਭਾਣੇ ਵਿੱਚ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਸਵਾਉਂਦਾ ਹੈ। ਸੋ ਉਸੇ ਹੀ ਵਿਗਿਆਨ ਅਨੁਸਾਰ ਸਰਦਾਰ ਭਗਤ ਸਿੰਘ ਜੀ ਪਿਛਲੇ ਦਿਨ ਪਰਿਵਾਰ ਨੂੰ ਸਮਾਜ ਨੂੰ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਨੂੰ ਯਾਦ ਕਰਦੇ ਹਨ। ਸਰਦਾਰ ਭਗਤ ਸਿੰਘ ਜੀ ਅਜੇ ਕੱਲ੍ਹ ਦੀ ਗੱਲ ਆਉਂਦੀ ਹੈ ਕਿ ਰਿਟਾਇਰ ਹੋਏ ਸੀ ਸਰਵਿਸ ਤੋਂ, ਔਰ ਇੰਨੀ ਜਲਦੀ ਸਾਨੂੰ ਵਿਛੋੜਾ ਦੇ ਗਏ। ਸਭ ਨੂੰ ਬਹੁਤ ਅਫਸੋਸ ਹੈ, ਔਰ ਜੋ ਸਭ ਤੋਂ ਵੱਡਾ ਕਾਕਾ ਉਹਨਾਂ ਦੀ ਧਰਮ ਪਤਨੀ ਸੰਜੇ ਭੈਣ ਜੀ ਪ੍ਰਕਾਸ਼ ਕੌਰ ਉਹਨਾਂ ਨੂੰ ਪਿਆ, ਔਰ ਉਹਨਾਂ ਦੇ ਬੇਟੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਇੰਨਾ ਕੁ ਕਾਬਲ ਬਣਾ ਦਿੱਤਾ ਕਿ ਉਹ ਅੱਜ ਆਪਣੀ ਰੋਜ਼ੀ ਰੋਟੀ ਜਿਹੜੀ ਆ ਵਧੀਆ ਕਮਾ ਸਕਦੇ ਨੇ। ਮੈਨੂੰ ਇਹ ਸੀਗਾ ਕਿ ਕਾਫੀ ਵੱਡੀ ਲਿਸਟ ਦੇਗਾ ਇਹ ਆਪਣੀ ਡਿਮਾਂਡ ਦੀ ਮੰਗਾਂ ਦੀ, ਪਰ ਇਹਨੇ ਸਿਰਫ ਇੱਕੋ ਹੀ ਕਿਹਾ ਕਿ ਮੈਨੂੰ ਜੀ ਹਫ਼ਤੇ 'ਚ ਇੱਕ ਦਿਨ ਗੱਡੀ ਦੇ ਦਿਆ ਕਰੋ, ਮੈਂ 15 ਦਿਨਾਂ 'ਚ ਤੁਹਾਡੇ ਸਾਰੇ ਫੋਨ ਚਲਾ ਦਿਆਂਗਾ। ਕਿੱਡਾ ਵੱਡਾ ਕੰਫੀਡੈਂਸ ਲੈਵਲ ਸੀ ਉਸ ਬੰਦੇ 'ਚ, ਜਦੋਂ ਕਿ ਉਹਨੇ ਸਿਰਫ 15 ਦਿਨ ਮੰਗੇ ਔਰ ਇੱਕ ਗੱਡੀ ਮੰਗੀ, ਉਹ ਵੀ ਹਫ਼ਤੇ 'ਚ ਇੱਕ ਦਿਨ। ਅਤੇ ਇੱਥੋਂ ਤਾਂ ਪਤਾ ਲੱਗਦਾ ਸੀ ਕਿ ਕੋਈ ਡੈਡੀਕੇਟਡ ਔਰ ਡਿਸਿਪਲਿਨਡ ਸਿਪਾਹੀ ਸੀ ਸਾਡੇ ਡਿਪਾਰਟਮੈਂਟ ਦਾ। ਜਿੱਥੋਂ ਤੱਕ ਉਹਦੀ ਹੋਰ ਵੀ ਤਰੀਫ ਕੀਤੀ ਜਾ ਰਹੀ, ਜਿਸ ਤਰ੍ਹਾਂ ਮੈਨੂੰ ਦੱਸਿਆ ਕਿ ਉਹਦੀ ਫੈਮਿਲੀ ਸੈਟਅਪ ਬਹੁਤ ਵਧੀਆ ਹੋਇਆ, ਫੈਮਿਲੀ ਸੈਟਅਪ ਦੇ ਵਿੱਚ ਉਹਨਾਂ ਦੇ ਬ੍ਰਦਰ ਸਿਸਟਰ ਬੜੀ ਅੱਛੀ ਜਗ੍ਹਾ ਲੱਗੇ ਨੇ, ਉਹਨਾਂ ਦੇ ਬੇਟੇ ਬੇਟੀਆਂ ਬੜੀ ਅੱਛੀ ਜਗ੍ਹਾ ਲੱਗੇ ਨੇ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਜਿੱਥੇ ਵੀ ਰਿਹਾ ਆਲੇ ਦੁਆਲੇ 'ਚ ਗਿਰਦੇ ਸੀ, ਆਪਣਾ ਉਹਨੇ ਥਾਂ ਬਣਾ ਕੇ ਰੱਖਿਆ। ਅਬੋਹਰ ਤੋਂ ਸਰਵਿਸ ਸ਼ੁਰੂ ਕੀਤੀ, ਹਿਮਾਚਲ 'ਚ ਕੀਤੀ ਸਰਵਿਸ, ਅੱਗੇ ਵੀ ਲੁਧਿਆਣਾ ਜਗਰਾਉਂ ਦੀ ਸਰਵਿਸ ਕੀਤੀ ਆ। ਬਿਮਾਰੀ ਜਾਨਲੇਵਾ ਬਣ ਗਈ, ਇਹ ਜਾਣਾ ਨਹੀਂ ਸੀ। ਸੋ ਅੱਜ ਵੀ ਉਹਦੇ ਮਿੱਤਰਾਂ ਦੋਸਤਾਂ ਦੇ ਫੋਨ ਆਉਂਦੇ ਨੇ, ਫੋਨ ਚੱਕਿਆ ਜਾਂਦਾ, ਪਰ ਭਾਗ ਸਿੰਘ ਨਹੀਂ ਹੁੰਦਾ। ਅੱਜ ਹੋਰ ਕਰਦੇ ਵਿਅਕਤੀ ਦਾ ਸਰਦਾਉਂਦੇ ਨੇ, ਭਾਗ ਸਿੰਘ ਨਹੀਂ ਮਿਲਣਾ, ਭਾਗ ਸਿੰਘ ਦੀਆਂ ਜਾਤਾਂ ਭੇਜਦਾ ਗਏ ਸੀ, ਚੈਸਤਾਈ ਰਹਿਣਗੀਆਂ, ਅਸੀਂ ਉਹਨਾਂ ਨੂੰ ਜਿਉਂਦਾ ਰੱਖਣਾ। ਆ
Come
Thank you.
ਸਾਹਿਬ ਦੇ ਪਾਠ
ਦਾਤਾ ਧੰਨ ਧਰਤੀ ਬਲੋ ਜੀ ਪੰਜਾਂ ਪਿਆਰਿਆਂ ਚੌਂਕ ਸਾਹਿਬਜ਼ਾਦਿਆਂ ਚਾਰੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਖ ਲਾਏ ਦੇਖ ਵਾਰੀ ਦੇਖ ਕੇ ਆਂਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬਲੋ ਜੀ ਸੇਵਾਈ ਜਿਹਨਾਂ ਸਿੰਘਾਂ ਸਿੰਘਾਂ ਨੇ ਘਰ ਮਿਹਰਬਾਨੀਆਂ ਕੀਤੀਆਂ ਧਰਮ ਚਲਾਰਿਆ ਸਿੱਖੀ ਕੇਸਾਂ ਸੁਆਸਾਂ ਨਾਮ ਵਾਲੇ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬਲੋ ਜੀ ਸੇਵਾਈ ਪੰਜਾਂ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਣ ਵਾਲੇ ਗੁਰੂ ਜੀ ਸੇਵਾਈ ਸਿੱਖਾਂ ਨੂੰ ਸਿੱਖੀ ਦਾਨ ਕੀਰਤ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੁਰੂ ਜੀ ਸੇਵਾਈ ਸਿੱਖਾਂ ਦਾ ਮਾਨੀ ਮਾਂ ਮਤ ਸੀ ਮਤ ਪਤਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਅੰਤਰ ਜਾਮੀ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਖੇਲ ਮਾਣਿਆਂ ਦੇ ਮਾਣ ਸਤਿਗੁਰੂ ਖੇਲ ਤਾਣਿਆਂ ਦੇ ਤਾਣ ਸਤਿਗੁਰੂ ਖੇਲ ਯੋਗੀਆਂ ਦੇ ਓਟ ਧੰਨ ਧੰਨ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਆਰਤੀ ਦੇ ਪਾਸ ਅਰਦਾਸ ਅਰਦੋਈ ਬੇਨਤੀ ਹੈ ਪਾਤਸ਼ਾਹ ਜਿਹਾ ਚਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਤੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰੋ ਧਰੋ ਵਰਸਾਏ ਸਵਰਗੀ ਸਰਦਾਰ ਭਾਗ ਸਿੰਘ ਜੀ ਜੋ ਪੰਜ ਪੁੱਤਰ ਸ੍ਰੀ ਤਿਆਗ ਕੇ ਆਪ ਜੀ ਦੇ ਚਰਨਾਂ ਜਾਗ ਕਰਦੇ ਹਨ ਪਾਤਸ਼ਾਹ ਪਿੱਛੇ ਆਪ ਜੀ ਦੇ ਪਰਿਵਾਰ ਵੱਲੋਂ ਸੈਂਟਰ ਤੋਂ ਗ੍ਰਹਿ ਵਿਖੇ ਸਹਿਜ ਪਾਠ ਅਖੰਡ ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਕੇ ਖੁੱਲ੍ਹੇ ਦੀਵਾਨ 'ਚ ਜਾ ਕੇ ਜਿਸ ਵਿੱਚ ਕਿ ਅੰਮ੍ਰਿਤਮਈ ਕੀਰਤਨ ਛੇ ਪੌੜੀਆਂ ਜਾਪ ਜੀ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲਾਂ ਚੁੱਕਾਂ ਦੀ ਮਾਫੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਗਵਾਲੇ ਵਿਛਾ ਕੇ ਸਜਾਏ ਗਏ ਨੇ ਆਪ ਜੀ ਦੇ ਅੰਗੀਕਾਰ ਤੋਂ ਬਾਣੀ ਪੜ੍ਹੀ ਸੁਣੀ ਸਾਧ ਸੰਗਤ ਅਤੇ ਗਿਰਦਾਂ ਦੇ ਵਸਾਉਣੀ ਕਦਮ ਕਦਮ ਲੈ ਕੇ ਲਾਉਣਾ ਕਾਮ ਵਿਰੋਧ ਲੋਕੋਂ ਹੰਕਾਰ ਤੋਂ ਬਚਾਉਣਾ ਆਪਸੀ ਪ੍ਰੇਮ ਪਿਆਰ ਇਤਫਾਕ ਦੇ ਰੋਕ ਅਤੇ ਸਦਾ ਚੜ੍ਹਦੀਆਂ ਕਰਾ ਬਚਣੀਆਂ ਜਾਣੇ ਅਣਜਾਣੇ ਮਾਤਲੋਕ ਸਵਰਗੀ ਸਰਦਾਰ ਭਾਗ ਸਿੰਘ ਤੋਂ ਅਨੇਕਾਂ ਹੀ ਗਲਤੀਆਂ ਹੋ ਗਈਆਂ ਹਨ ਉਹਨਾਂ ਚਤਾਵਨਾ ਪਿੱਛੇ ਭਾਵਨਾ ਮੰਦਰ ਤਾਕਤ ਬਚਣਾ ਦੱਦਾ ਦਾਤਾ ਏ ਕਹਿ ਸਭ ਤੋਂ ਦੇਵਨ ਹਾਰ ਦਿੰਦੇ ਟੁੱਟ ਨਾਵੇ ਆ ਗੰਤ ਭਰੇ ਪੰਡਾਰ ਦੇ ਮਹਾਂਮਾਰਗ ਅਨੁਸਾਰ ਇਸ ਟਾਈਮ ਆਪ ਜੀ ਦੇ ਸਾਨੂੰ ਕੜਾ ਪ੍ਰਸ਼ਾਦ ਦਾ ਦੇਗਾ ਸਤਿ ਆ ਗਿਆ ਆਪ ਜੀ ਨੂੰ ਪ੍ਰਵਾਨ ਹੋਏ ਪ੍ਰਵਾਨਿਆ ਹੋਇਆ ਪ੍ਰਸ਼ਾਦ ਸਾਧ ਸੰਗਤ ਦੀ ਆ ਗਿਆ ਹੋਵੇ ਜੋ ਜੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਕਰੋ ਕਿਰਪਾ ਹੁਕਮ ਨਾਮੇ ਬਖਸ਼ੇ ਨਦਰੋਂ ਨਦਰੀ ਨਿਹਾਲ ਕਰੋ ਸ੍ਰੀ ਪਿਆਰੇ ਦੇ ਜਿਨ੍ਹਾਂ ਨਿਤਰਨ ਨਾਮ ਚਿਤਾਰੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਬੋਜ ਸ਼ਬਦ ਮੈਰੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲਗੇ ਬਚੇ ਚਰਨ ਜੋ ਹੋਏ ਖੁਆਰ ਹੋਏ ਸਭ ਮਿਲਗੇ ਬਚੇ ਚਰਨ ਜੋ ਹੋਏ ਸੇਵਾ ਦੇ ਗੁਰੂ ਸਾ
सतगुरु सेवे बहुता दुख लागा जुग जारे परमाए हम दीन तुम जुग जुग दाते शब्द दे पुजारे बिन सतगुर सेवे बहुता दुख लागा जुग जारे परमाए हम दीन तुम जुग जुग दाते शब्द दे पुजारी हर जियो कृपा करो तुम प्यारे सतगुर दाता मेल मिलावो हर नाम देवो आधारे राव मनसा मार दुबदा सहज समाई पाया नाम अपारा हर रस चाख मन निर्मल होआ किल विक काटन शब्द मरो फिर जीवो सद ही ता फिर मरन ना होई अमृत नाम सदा मन मीठा शब्द पावे दाते दात रखी हाथ अपने जिस पावे तिस देई नानक नाम रते सुख पाया दरगह जापे से दाते दात रखी हाथ अपने जिस पावे तिस दे नानक नाम रते सुख पाया दरगह जापे से वाहिगुरु जी का खालसा वाहिगुरु जी की खालसा वाहेगुरु जी की फतेह। गुरबाणी का फरमान है जमन मरना हुक्म है भाने आवे जाए उस अकाल पुरख के हुक्म विच ही जीव संसार में जन्म लैंदा है ते उसके भाने विच ही अकाल पुरख के चरणों में जस पाउंदा है। सो उसे ही बेगान अनुसार सदा भाग सिंह जी पिछले दिन परिवार को समाज में विछोड़ा दे के अकाल पुरख के चरणों में जा रहे हैं। पिछों परिवार वालों उन्होंने आत्मा शांति दरिया के सहज पाठ की संपूर्णता इस वेले हुई है। उपरंत गुरुद्वारा साहब के आप समूह संतान ने हाजिरी भर के अकाल पुरख के चरणों में अरदास अर्जाई की है कि अकाल पुरख जी हो इस विछड़ी हुई गुरु पासों जाने अनजाने संसार में अनेक भुलां हो गई होंगी। सो आप जी उन्होंने भुलां नूं ना चिताते हुए उन्होंने अपने चरणों में निवास बख्शना परिवार को भाने में लैन का बल बख्शना चंगी कला बख्शनी। सो जो गुरु घर वालों दस्तार पेटा की जाती है उन्होंने वे बेटे सतजीवन सिंह जी को बेनती है कि वह आके गुरु घर वालों जो दस्तार दिखती जानी है वो प्राप्त कर ना ही उन्होंने छोटे बेटे सरदार मनदीप सिंह जी को इस तौर दिता जाना है वो भी गुरु साहब के सामने आके वो प्राप्त करेंगी। उसकी बोले सोनिहार
ਸਾਧਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਸਾਖ ਸੰਬੰਧੀ ਸੱਜਣ ਮਿੱਤਰ ਅਸੀਂ ਸਰਦਾਰ ਭਾਗ ਸਿੰਘ ਜੀ ਜੋ ਕਿ 10 ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸਰੀਰਕ ਛੋੜਾ ਦੇ ਗਏ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਗੁਰਬਾਣੀ ਦਾ ਕਥਨ ਹੈ ਜਿਹਾ ਤੀਰੀ ਲਿਖਿਆ ਤਿਹਾ ਕਰਮ ਕਮਾਏ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸੋ ਸਭ ਨੇ ਇੱਕ ਦਿਨ ਜਾਣਾ ਪਰ ਜੋ ਅਸੀਂ ਸਮਾਜਿਕ ਪ੍ਰਾਣੀ ਹਾਂ ਸਾਡੇ ਹਿਸਾਬ ਨਾਲ ਇੱਕ ਏਜ ਉਹ ਵੇਖੀ ਜਾਂਦੀ ਹੈ ਕਿ ਜਦੋਂ ਇਹ ਕਹਿੰਦੇ ਚਲੋ ਇਹ ਆਦਮੀ ਇਸ ਏਜ ਵਿੱਚ ਗਿਆ ਕੋਈ ਗੱਲ ਨਹੀਂ ਸਭ ਨੇ ਜਾਣਾ ਹੀ ਸੀ। ਪਰ ਸਰਦਾਰ ਭਾਗ ਸਿੰਘ ਜੀ ਅਜੇ ਕੱਲ੍ਹ ਦੀ ਗੱਲ ਆਉਂਦੀ ਹੈ ਕਿ ਰਿਟਾਇਰ ਹੋਏ ਸੀ ਸਰਵਿਸ ਤੋਂ ਔਰ ਇੰਨੀ ਜਲਦੀ ਸਾਨੂੰ ਵਿਛੋੜਾ ਦੇ ਗਏ। ਸਭ ਨੂੰ ਬਹੁਤ ਅਫਸੋਸ ਹੈ ਔਰ ਜੋ ਸਭ ਤੋਂ ਵੱਡਾ ਕਾਕਾ ਉਹਨਾਂ ਦੀ ਧਰਮ ਪਤਨੀ ਸੱਜੇ ਭੈਣ ਜੀ ਪ੍ਰਕਾਸ਼ ਕੌਰ ਉਹਨਾਂ ਨੂੰ ਪਿਆ ਔਰ ਉਹਨਾਂ ਦੇ ਬੇਟੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਇੰਨਾ ਕੁ ਕਾਬਲ ਬਣਾ ਦਿੱਤਾ ਕਿ ਉਹ ਅੱਜ ਆਪਣੀ ਰੋਜ਼ੀ ਰੋਟੀ ਜਿਹੜੀ ਆ ਵਧੀਆ ਕਮਾ ਸਕਦੇ ਨੇ। ਸੋ ਅਸੀਂ ਸ਼ਰਧਾਂਜਲੀ ਦੇ ਉੱਪਰ ਜਦੋਂ ਵੀ ਕਿਸੇ ਆਦਮੀ ਦੇ ਦੇਖਾ ਜੋਖਾ ਤਾਂ ਨਹੀਂ ਕਹਿੰਦਾ ਮੈਂ ਉਹਨੂੰ ਪਰ ਅਸੀਂ ਸਮਾਜਿਕ ਪ੍ਰਾਣੀ ਹੁੰਦੇ ਆਪਣੇ ਸਮਾਜ ਦੇ ਹਿਸਾਬ ਨਾਲ ਜੋ ਮੁਲਾਂਕਣ ਕਰਦੇ ਹਾਂ ਕਿ ਜੋ ਆਦਮੀ ਆਪਣੇ ਪਰਿਵਾਰ ਦੀ ਵਧੀਆ ਪਰਵਰਿਸ਼ ਕਰਕੇ ਉਹਨੂੰ ਸੈਟਲ ਕਰ ਜਾਂਦਾ ਤਾਂ ਅਸੀਂ ਸਮਝਦੇ ਹਾਂ ਕਿ ਉਹਨੇ ਆਪਣਾ ਜ਼ਿੰਦਗੀ ਦੀ ਜੋ ਕਮਾਈ ਸੀਗੀ ਮੇਨ ਉਹ ਕਰ ਲਈ। ਬੇਸ਼ੱਕ ਸਾਡਾ ਅਧਿਆਤਮਕਵਾਦ ਕੁਛ ਹੋਰ ਕਹਿੰਦਾ ਕਿ ਸਾਰਾ ਕੁਛ ਛੱਡ ਕੇ ਸਾਨੂੰ ਪਰਮਾਤਮਾ ਨਾਲ ਲੀਨ ਹੋਣਾ ਪਰ ਜੋ ਅਸੀਂ ਆਪਣੀ ਸੂਝਬੂਝ ਦੇ ਹਿਸਾਬ ਨਾਲ ਜਿੰਨਾ ਕੁ ਮੁਲਾਂਕਣ ਕਰ ਸਕਦੇ ਹਾਂ। ਸਰਦਾਰ ਭਾਗ ਸਿੰਘ ਜੀ ਇੱਕ ਰੂਰਲ ਏਰੀਏ ਦੇ ਵਿੱਚੋਂ ਪਿੰਡ ਬਰਮੀ ਤੋਂ ਉਹਨਾਂ ਦਾ ਜੀਵਨ ਸ਼ੁਰੂ ਹੋਇਆ ਇੱਕ ਮੱਧ ਪਰਿਵਾਰ ਵਿੱਚੋਂ ਪੈਦਾ ਹੋਏ ਬਹੁਤ ਹੀ ਮਿਹਨਤ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਹੀ ਜੋ ਹੈ ਉਹ ਮਿਹਨਤਕਾਰ ਸੀ। ਉਹਨਾਂ ਦੇ ਵੱਡੇ ਭਰਾਤਾ ਸਰਦਾਰ ਦਰਸ਼ਨ ਸਿੰਘ ਜੀ ਜੋ ਐਸੀਐਲ ਰਿਟਾਇਰ ਹੋਏ ਨੇ ਸਾਡੇ BSNL ਵਿੱਚੋਂ ਹੀ ਔਰ ਉਹਨਾਂ ਦੀ ਛੋਟੀ ਸਿਸਟਰ ਜੋ ਲੈਕਚਰਾਂ ਦੇ ਕਾਲਜ ਦੇ ਵਿੱਚ ਔਰ ਵਿਚਕਾਰ ਦੇ ਸਰਦਾਰ ਭਾਗ ਸਿੰਘ ਜੀ ਜੋ ਆਪ ਹੀ ਡਿਊਟੀ ਰਿਟਾਇਰ ਹੋਏ। ਸੋ ਬਹੁਤ ਹੀ ਖੁਸ਼ਹਾਲ ਪਰਿਵਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਮੈਨੂੰ ਵੀ ਉਹਨਾਂ ਨਾਲ ਸਰਵਿਸ ਕਰਦਾ ਜੋ 20-25 ਸਾਲ ਦਾ ਮੇਰੇ ਰਿਹਾ ਉਹਨਾਂ ਦੇ ਨਾਲ ਖਾਸ ਕਰ ਰੂਰਲ ਏਰੀਆ ਦੇ ਵਿੱਚ ਕਿਉਂਕਿ ਰੂਰਲ ਏਰੀਆ 'ਚੋਂ ਆਏ ਸੀ ਉਹ ਔਰ ਰੂਰਲ ਏਰੀਆ ਦੇ ਵਿੱਚ ਉਹਨਾਂ ਨੇ ਕਮਿਊਨੀਕੇਸ਼ਨ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਜਦੋਂ ਪਿੰਡਾਂ ਦੇ ਵਿੱਚ ਅਜੇ ਬਿਲਕੁਲ ਕਮਿਊਨੀਕੇਸ਼ਨ ਨਹੀਂ ਸੀ ਤਾਂ ਇਹ ਦਰਿਆ ਪਾਰ ਕਰਕੇ ਜਿੱਥੇ ਕੋਈ ਗੱਡੀ ਵੀ ਨਹੀਂ ਸੀ ਜਾਂਦੀ ਉੱਥੇ ਵੀ ਇਹਨਾਂ ਨੇ ਸਾਡਾ ਟਾਵਰ ਨਾਲ ਕਮਿਊਨੀਕੇਸ਼ਨ ਚੱਲਦੀ ਹੁੰਦੀ ਸੀ ਉਦੋਂ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ। ਸੋ ਅਫਸੋਸ ਜੇ ਕੜੀ ਦੇ ਵਿੱਚ ਕਤਰਾ ਸਾਰੇ ਆਪਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ ਹਾਂ। ਸੋ ਮੈਂ ਸਾਡੇ ਵਿੱਚ ਮੈਂ ਦੇਖਾਂ ਤਾਂ ਲਗਭਗ ਸਾਰੇ ਸਾਡੇ ਰਿਟਾਇਰੀ ਜੋ BSNL ਦੇ ਰਿਟਾਇਰੀ ਅਫਸਰ ਨੇ ਬਹੁਤ ਸਾਰੇ DGM ਸਾਹਿਬ XN ਸਾਹਿਬ SDO ਸਾਹਿਬ ਔਰ ਬਾਕੀ ਵੀ ਪਰਿਵਾਰ ਦੇ ਮੈਂਬਰ BSNL ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਇਕੱਠੇ ਹੋਏ ਨੇ ਔਰ ਇਸੇ ਤਰ੍ਹਾਂ ਟੀਚਿੰਗ ਲਾਈਨ ਤੋਂ ਉਹਨਾਂ ਦੇ ਸਿੱਖ ਦੇ ਜੋ ਛੋਟੀ ਉਹਨਾਂ ਨਾਲ ਸੰਬੰਧਿਤ ਬਹੁਤ ਹੀ ਰਿਸ਼ਤੇਦਾਰ ਸੱਜਣ ਮਿੱਤਰ ਜੋ ਟੀਚੇ ਗਾਇਨ ਨਾਲ ਸੰਬੰਧਿਤ ਉਹ ਵੀ ਅੱਜ ਇਸ ਸੋਚੀ ਗਲੀ ਵਿੱਚ ਇਕੱਠੇ ਹੋਏ ਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਸਾਡੇ DGM ਸਾਹਿਬ ਸ਼੍ਰੀ MS ਧਾਲੀਵਾਲ ਜੀ ਕਿ ਉਹ ਸਰਦਾਰ ਭਾਗ ਸਿੰਘ ਸਰਦਾਰ ਗੁਰਦੇਵ ਕਰਨਗੇ ਸ਼੍ਰੀ MS ਧਾਲੀਵਾਲ ਸੰਗਤ ਜਿਹੜੇ ਅਸੀਂ ਸਾਰੇ ਭਾਗ ਸਿੰਘ ਜਿਹੜੇ ਸਾਨੂੰ ਸਰੀਰ ਵਿਛੋੜਾ ਦੇ ਕੇ ਚਲੇ ਗਏ ਨੇ
ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਪਹਿਲਾਂ ਗੱਤਕੇ ਗਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਗੁਰਬਾਣੀ ਦੇ ਵਿੱਚ ਜਾਂ ਸਾਇੰਟੀਫਿਕ ਦੇ ਵਿੱਚ ਲੈ ਲਓ ਜਾਂ ਸਾਡੀ ਗੁਰਬਾਣੀ 'ਚ ਲੈ ਲਓ, ਇਹ ਕਿਹਾ ਗਿਆ ਕਿ ਜੋ ਉਪਜਿਆ ਸੋ ਬਿਨ ਸਾਹਿਬ ਪਰੋ ਆ ਕੇ ਗਾ, ਜੋ ਪੈਦਾ ਹੋਇਆ ਉਹਨੇ ਜਾਣਾ ਇਸ ਦੁਨੀਆ। ਸਾਇੰਸ ਵਾਲੇ ਕਹਿੰਦੇ ਨੇ ਮੈਟਰ ਇਜ਼ ਡਿਸਟ੍ਰਕਟੀਬਲ, ਕੋਈ ਮੈਟਰ ਹੈ ਜਿਹੜੀ ਪੈਦਾ ਹੋਈ ਉਹਨੇ ਖਤਮ ਹੋਣਾ। ਤੋ ਇਹ ਜਿਹੜਾ ਸਿਧਾਂਤ ਆ ਇਹ ਚੱਲਦਾ ਆ ਰਿਹਾ, ਜੋ ਇਸ ਦੁਨੀਆ 'ਤੇ ਪੈਦਾ ਹੋਇਆ ਉਸਨੇ ਜਾਣਾ ਹੀ ਜਾਣਾ। ਸਭ ਦੀ ਆਪੋ ਆਪਣੀ ਵਾਰੀ ਹੈ, ਕੋਈ ਪਹਿਲਾਂ ਆਉਂਦਾ ਫਿਰ ਚਲਾ ਜਾਂਦਾ, ਇੱਥੇ ਕੋਈ ਸਮਾਂ ਨਹੀਂ ਹੈ ਕਿ ਕਦੋਂ ਜਾਣਾ। ਇਹ ਹੁਕਮ ਹੈ ਉੱਪਰ ਵਾਲੇ ਦਾ, ਜਦੋਂ ਕਿਸੇ ਨੇ ਜਾਣਾ ਉਦੋਂ ਜਾਣਾ ਪੈਂਦਾ। ਭਾਰ ਸਿੰਘ ਇੱਕ ਮੇਰੇ ਨਾਲ ਉਹਨਾਂ ਨੇ ਕਾਫੀ ਦੇਰ ਕੰਮ ਕੀਤਾ, ਮੈਂ ਇਹ ਕਹਾਂਗਾ ਇੱਕ ਬਹੁਤ ਹੀ ਵਧੀਆ ਇਨਸਾਨ, ਸੱਚੀ ਸੁੱਚੀ ਰੂਹ ਜਿਹਨੂੰ ਕਹਿੰਦੇ ਹਨ, ਦਿਲੋਂ ਵੀ ਉਹੀ, ਆਵਾਜ਼ ਤੋਂ ਵੀ ਉਹੀ, ਅੰਦਰੋਂ ਵੀ ਉਹੀ। ਆਮ ਤੌਰ 'ਤੇ ਦੇਖਿਆ ਗਿਆ ਕਿ ਲੋਕ ਮੂੰਹ 'ਤੇ ਕੁਛ ਹੁੰਦੇ ਨੇ, ਦਿਲ 'ਚ ਕੁਛ ਹੁੰਦਾ, ਉੱਦਾਂ ਦੀਆਂ ਗੱਲਾਂ ਕਰਦੇ ਨੇ, ਪਰ ਇਹ ਬਿਲਕੁਲ ਹੀ ਸੁਣੋ ਗਲਤ ਹੋ ਗਿਆ। ਇਹੋ ਜਿਹੇ ਬੰਦੇ ਤੁਹਾਨੂੰ ਅੱਜ ਕੱਲ੍ਹ ਦੇ ਕੱਲ੍ਹ ਦੇ ਜ਼ਮਾਨੇ 'ਚ ਮਿਲਣੇ ਬੜੇ ਹੀ ਔਖੇ ਨੇ। ਕੋਈ ਯਾਰਾਂ ਦਾ ਯਾਰ ਸੀ, ਮਿੱਤਰਾਂ ਦਾ ਮਿੱਤਰ ਸੀ, ਇੱਕ ਬਹੁਤ ਹੀ ਵਧੀਆ ਅਫਸਰ ਜਿਸਨੇ ਬੜੀ ਮਿਹਨਤ ਕੀਤੀ, ਇੱਕ ਰੂਰਲ ਏਰੀਏ ਤੋਂ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ, ਉੱਠ ਕੇ ਬੜੀ ਵੱਡੀ ਪਦਵੀ ਲਈ। ਜਦੋਂ ਮੈਂ ਇੱਕ ਗਰਾਊਂਡ ਜੁਆਇਨ ਕੀਤਾ ਡੀ ਟੀ, ਇਹ ਉੱਥੇ ਵਿਲੇਜ ਪੰਚਾਇਤ ਟੈਲੀਫੋਨ 'ਤੇ ਡਿਊਟੀ ਲੱਗੀ ਸੀ। ਵਿਲੇਜ ਪੰਚਾਇਤ ਟੈਲੀਫੋਨ, ਕਿਉਂਕਿ ਪਿੰਡਾਂ ਦੇ ਵਿੱਚ ਕੋਈ ਸੁਵਿਧਾ ਨਹੀਂ ਸੀ ਟੈਲੀਕਮਿਊਨੀਕੇਸ਼ਨ ਦੀ, ਉਹਦੇ 'ਤੇ ਵੀ ਡਿਊਟੀ ਲੱਗੀ ਸੀ। ਔਰ ਇਹ ਚੱਲਦੇ ਨਹੀਂ ਸੀ, ਨਾਂ ਦੇ ਅਸੀਂ ਨੰਬਰ ਦਿੱਤੇ ਹੋਏ ਸੀ, ਚੱਲਦੇ ਨਹੀਂ ਸੀ। ਅਤੇ ਮੈਂ ਇਹਨੂੰ ਪੁੱਛਿਆ ਕਿ ਭਾਰ ਸਿੰਘ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਾਂ ਇਹਨਾਂ ਫੋਨ ਨੂੰ, ਪੰਚਾਇਤਾਂ ਨੂੰ, ਜੋ ਸਾਡੀ ਡਿਊਟੀ ਲੱਗੀ ਹੈ ਸਾਡੇ ਮਹਿਕਮੇ ਵੱਲੋਂ, ਇਹਨੂੰ ਅਸੀਂ ਚਲਾ ਸਕੀਏ, ਕੀ ਕੀਤਾ ਜਾਵੇ। ਮੈਨੂੰ ਇਹ ਸੀਗਾ ਕਿ ਕਾਫੀ ਵੱਡੀ ਲਿਸਟ ਦੇਗਾ ਇਹ ਆਪਣੀ ਡਿਮਾਂਡ ਦੀ, ਮੰਗਾਂ ਦੀ, ਪਰ ਇਹਨੇ ਸਿਰਫ ਇੱਕੋ ਹੀ ਕਿਹਾ ਕਿ ਮੈਨੂੰ ਜੀ ਹਫ਼ਤੇ 'ਚ ਇੱਕ ਦਿਨ ਗੱਡੀ ਦੇ ਦਿਆ ਕਰੋ, ਮੈਂ 15 ਦਿਨਾਂ 'ਚ ਤੁਹਾਡੇ ਸਾਰੇ ਫੋਨ ਚਲਾ ਦਿਆਂ। ਕਿੱਡਾ ਵੱਡਾ ਕੰਫੀਡੈਂਸ ਲੈਵਲ ਸੀ ਉਸ ਬੰਦੇ 'ਚ, ਜਦੋਂ ਕਿ ਉਹਨੇ ਸਿਰਫ 15 ਦਿਨ ਮੰਗੇ ਔਰ ਇੱਕ ਗੱਡੀ ਮੰਗੀ, ਉਹ ਵੀ ਹਫ਼ਤੇ 'ਚ ਇੱਕ ਦਿਨ। ਅਤੇ ਇੱਥੋਂ ਤਾਂ ਪਤਾ ਲੱਗਦਾ ਸੀ ਕਿ ਕੋਈ ਡੈਡੀਕੇਟਡ ਔਰ ਡਿਸਿਪਲਿਨਡ ਸਿਪਾਹੀ ਸੀ ਸਾਡੇ ਡਿਪਾਰਟਮੈਂਟ ਦਾ। ਜਿੱਥੋਂ ਤੱਕ ਉਹਦੀ ਹੋਰ ਵੀ ਤਰੀਫ ਕੀਤੀ ਜਾ ਰਹੀ, ਜਿਸ ਤਰ੍ਹਾਂ ਮੈਨੂੰ ਦੱਸਿਆ ਕਿ ਉਹਦੀ ਫੈਮਿਲੀ ਸੈਟਅਪ ਬਹੁਤ ਵਧੀਆ ਹੋਇਆ। ਫੈਮਿਲੀ ਸੈਟਅਪ ਦੇ ਵਿੱਚ ਉਹਨਾਂ ਦੇ ਬ੍ਰਦਰ ਸਿਸਟਰ ਬੜੀ ਅੱਛੀ ਜਗ੍ਹਾ ਲੱਗੇ ਨੇ, ਉਹਨਾਂ ਦੇ ਬੇਟੇ ਬੇਟੀਆਂ ਬੜੀ ਅੱਛੀ ਜਗ੍ਹਾ ਲੱਗੇ ਨੇ। ਇਹ ਬਹੁਤ ਖੁਸ਼ੀ ਦੀ ਗੱਲ, ਕਿਉਂਕਿ ਇਨਸਾਨ ਜੋ ਵੀ ਇਸ ਦੁਨੀਆ 'ਤੇ ਆਉਂਦਾ ਆਪਣੇ ਲਈ, ਅਗਰ ਆਪਣਾ ਕੰਮ ਤੋਂ ਬਾਅਦ ਅਗਰ ਉਹ ਆਪਣੇ ਬੱਚਿਆਂ ਨੂੰ ਵੈਲ ਸੈਟ ਕਰ ਜਾਂਦਾ, ਆਪਣੀ ਫੈਮਿਲੀ ਨੂੰ ਵੈਲ ਸੈਟ ਕਰ ਜਾਂਦਾ, ਤਾਂ ਬਹੁਤ ਵੱਡੀ ਗੱਲ ਹੈ। ਇਸ ਤੋਂ ਮੈਂ ਬਸ ਇੰਨਾ ਹੀ ਕਹਾਂਗਾ ਕਿ ਭਾਰ ਸਿੰਘ ਇੱਕ ਬਹੁਤ ਹੀ ਫਾਰ ਐਕਸਲੈਂਸ, ਬਹੁਤ ਹੀ ਵਧੀਆ ਇਨਸਾਨ ਸੀ, ਔਰ ਵਾਹਿਗੁਰੂ ਅੱਗੇ ਮੈਂ ਅੱਜ ਅਰਦਾਸ ਕਰਦਾ ਕਿ ਉਹਨਾਂ ਦੀ ਪਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ਣ, ਅਤੇ ਉਹਨਾਂ ਦੇ ਪਰਿਵਾਰ ਨੂੰ ਅਤੇ ਸਾਥੀ ਸੰਬੰਧਾਂ ਨੂੰ ਇਹ ਭਾਣਾ ਮੰਨਣ ਦੀ ਸ਼ਕਤੀ ਬਖਸ਼ਣ। ਇਹਨਾਂ ਸ਼ਬਦਾਂ ਦਾ ਪ੍ਰਭਾਵ ਮਾਰ ਸ੍ਰੀ ਗੁਰੂ ਮਹਾਰਾਜ ਜੀ ਗੋਬਿੰਦ ਜੁੜੀ ਸਾਜਨ ਸੰਤ ਜੀਓ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਹੁਤ ਹੀ ਦੁੱਖ ਹੈ ਅੱਜ ਜਿੰਨੇ ਵੀ ਭੈਣ ਭਰਾ ਇਸ ਅੰਤਮ ਅਰਦਾਸ ਨਾਲ ਜੁੜੇ ਨੇ, ਬਹੁਤ ਸਾਰਿਆਂ ਦਾ ਰਿਸ਼ਤੇਦਾਰ, ਬਹੁਤ ਸਾਰੇ ਪੀ ਐੱਸ ਐਨ ਮਹਿਕਮੇ ਦੇ ਮੁਲਾਜ਼ਮ, ਅਧਿਆਪਕ ਵਰਗ ਵਿੱਚੋਂ ਇਸ ਪਰਿਵਾਰ ਨਾਲ ਦੁੱਖ ਮਨਾਉਣ ਲਈ ਆਏ ਨੇ। ਸਰਦਾਰ ਭਾਗ ਸਿੰਘ ਜੀ ਦਾ ਇਸ ਸਮੇਂ ਤੁਰ ਜਾਣਾ ਸਾਨੂੰ ਸਭ ਨੂੰ ਵੀ ਦੁੱਖਦਾਈ ਹੈ। ਬਹੁਤ ਹੀ ਇੱਕ ਅਹਿਸਾਸ ਹੈ ਪਰਿਵਾਰ ਲਈ ਸੱਟ ਵੀ, ਅਤੇ ਉਹਨਾਂ ਦੇ ਮਿੱਤਰ ਦੋਸਤਾਂ ਨੂੰ ਇਹ ਭਾਣਾ ਮੰਨਣਾ ਮੁਸ਼ਕਿਲ ਹੋ ਗਿਆ। ਹਸਮੁੱਖ ਚਿਹਰਾ ਮਿੱਤਰਾਂ ਦੋਸਤਾਂ ਰੌਣਕ ਲਾਉਣ ਵਾਲਾ ਉਹ ਸਰਦਾਰ ਭਾਗ ਸਿੰਘ ਸਾਨੂੰ ਹਮੇਸ਼ਾ ਲਈ ਸਾਡੇ 'ਚ ਰਹਿ ਗਿਆ। ਭਾਗ ਸਿੰਘ ਦੀਆਂ ਯਾਦਾਂ ਨੇ, ਭਾਗ ਸਿੰਘ ਦੀ ਦੇਣ ਕੇ ਲੁਧਿਆਣੇ ਦੇ ਵਿੱਚ
ਵਿਲੇਜ ਪੰਚਾਇਤ ਦੇ ਜਿਹੜੇ ਟੈਲੀਫੋਨ ਚਲਾਏ ਸੀ ਉਹਨੇ ਉਹ ਅੱਜ ਸਾਰੇ ਪਿੰਡਾਂ ਦੇ ਲੋਕ ਜਦੋਂ ਵੀ ਗੱਲ ਉਹਨਾਂ ਦੀ ਚੱਲਦੀ ਆ ਹਾਂ ਉਹ ਭਾਗ ਸਿੰਘ ਜੀ ਜਿਹੜਾ ਇਹ ਟੈਲੀਫੋਨ ਚਲਾ ਗਿਆ ਬਹੁਤ ਹੀ ਮਿਹਨਤ ਕੀਤੀ ਥੋੜ੍ਹਾ ਜਿਹਾ ਚਾਵਾਂ ਕਹਿੰਦਾ ਜੀ ਮੈਂ ਨਾਨ ਮੈਡੀਕਲ ਪੜ੍ਹਿਆ ਉਹਦੇ ਕੰਮ ਆਇਆ ਉਹਦੀ ਪੜ੍ਹਾਈ ਸਰਕਾਰੀ ਐਡਾ ਰਤਬਾ ਉਹਨੇ ਪ੍ਰਾਪਤ ਕੀਤਾ ਟੈਸਟ ਦੇ ਕੇ ਪ੍ਰਮੋਸ਼ਨਾਂ ਲਈਆਂ ਕਦੇ ਸੀਨੀਅਰਟੀ ਨਾਲ ਪ੍ਰਮੋਸ਼ਨਾਂ ਲਈਆਂ ਜਿੱਥੇ ਵੀ ਰਿਹਾ ਆਲੇ ਦੁਆਲੇ 'ਚ ਗਿਰਦੇ ਸੀ ਆਪਣਾ ਉਹਨੇ ਥਾਂ ਬਣਾ ਕੇ ਰੱਖਿਆ ਅਬੋਹਰ ਤੋਂ ਸਰਵਿਸ ਸ਼ੁਰੂ ਕੀਤੀ ਹਿਮਾਚਲ 'ਚ ਕੀਤੀ ਸਰਵਿਸ ਅਖੀਰੀ ਲੁਧਿਆਣਾ ਜਗਰਾਉਂ ਦੀ ਸਰਵਿਸ ਕੀਤੀ ਆ ਬਿਮਾਰੀ ਜਾਨਲੇਵਾ ਬਣ ਗਈ ਇਹ ਜਾਣਾ ਨਹੀਂ ਸੀ ਸੋ ਅੱਜ ਵੀ ਉਹਦੇ ਮਿੱਤਰਾਂ ਦੋਸਤਾਂ ਦੇ ਫੋਨ ਆਉਂਦੇ ਨੇ ਫੋਨ ਚੱਕਿਆ ਜਾਂਦਾ ਪਰ ਭਾਗ ਸਿੰਘ ਨਹੀਂ ਹੁੰਦਾ ਅੱਜ ਦੋ ਕਰਾਉਂਦੇ ਰਿਸ਼ਤੇਦਾਰ ਸਰਾਉਂਦੇ ਨੇ ਭਾਗ ਸਿੰਘ ਨਹੀਂ ਮਿਲਣਾ ਭਾਗ ਸਿੰਘ ਨੇ ਜਾਂਦਾ ਭੇਜਦਾ ਸਿੱਖਾਂ ਹੀ ਰਹਿਣਗੀਆਂ ਅਸੀਂ ਉਹਨਾਂ ਨੂੰ ਜਿਉਂਦਾ ਰੱਖਣਾ ਜਿੰਨੇ ਵੀ ਮਿੱਤਰ ਦੋਸਤ BSNL ਦਾ ਡਿਪਾਰਟਮੈਂਟ ਸਾਡੇ ਪਰਿਵਾਰ ਨਾਲ ਦੁੱਖ ਮਨਾਉਣ ਆਇਆ ਅਸੀਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ ਜਿੰਨੇ ਵੀ ਉਹ ਕਦਮ ਚੱਲ ਕੇ ਸਾਡੇ ਕੋਲ ਪਹੁੰਚੇ ਨੇ ਸਿਰ ਮੱਥੇ ਅਸੀਂ ਹਮੇਸ਼ਾ ਹੀ ਉਹਨਾਂ ਨਾਲ ਭਾਗ ਸਿੰਘ ਦੀ ਤਰ੍ਹਾਂ ਜਿੰਨਾ ਵੀ ਹੋ ਸਕਿਆ ਸਾਥ ਨਿਭਾਵਾਂਗੇ ਆਸ ਰੱਖਾਂਗੇ ਕਿ ਜਿਹੜਾ ਨਾਤਾ ਸਾਡਾ ਜੁੜਿਆ ਰਹੇ ਅਸੀਂ ਇਸੇ ਤਰ੍ਹਾਂ ਹੀ ਉਹਦੇ ਮਹਿਕਮੇ ਨਾਲ ਉਹਦੇ ਸੰਗੀਆਂ ਸਾਥੀਆਂ ਨਾਲ ਰਿਸ਼ਤੇਦਾਰਾਂ ਨਾਲ ਜੁੜੇ ਰਹੀਏ ਹਰ ਦੁੱਖ ਆ ਸਭ ਨੂੰ ਦੁੱਖ ਆ ਜੋ ਅਸੀਂ ਆਪਣੇ ਚਿਹਰਿਆਂ ਤੋਂ ਪ੍ਰਗਟ ਕਰ ਰਹੇ ਹਾਂ ਸੋ ਆਖਰ ਦੇ ਵਿੱਚ ਮੈਂ ਫਿਰ ਵੀ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਦੋਸਤ ਬਾਰਵੀਂ ਕਲਾ ਨਗਰ ਨਿਵਾਸੀ ਆਂਢ ਗੁਆਂਢ ਜਿੰਨੇ ਵੀ ਰਿਸ਼ਤੇਦਾਰ ਆਏ ਨੇ ਅਧਿਆਪਕ ਵਰਗ ਵਿੱਚੋਂ ਬਹੁਤ ਸਾਰੇ ਅਧਿਆਪਕ ਭੈਣਾਂ ਭਰਾ ਮਿੱਤਰ ਆਏ ਨੇ ਅਸੀਂ ਸਭ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਖਰ ਦੇ ਵਿੱਚ ਫਿਰ ਬੇਨਤੀ ਆ ਕਿ ਪ੍ਰਸ਼ਾਦਾ ਤਿਆਰ ਆ ਜਿਸ ਵੀ ਭੈਣ ਭਾਈ ਨੇ ਅਜੇ ਪ੍ਰਸ਼ਾਦਾ ਛਕਿਆ ਨਹੀਂ ਉਹ ਜ਼ਰੂਰ ਆਪਣੀ ਲੋੜ ਮੁਤਾਬਕ ਪ੍ਰਸ਼ਾਦਾ ਛਕੇ ਜਾਣ ਚਾਹ ਦਾ ਲੰਗਰ ਵੀ ਤਿਆਰ ਆ ਸਭ ਨੇ ਚਾਹ ਪੀ ਕੇ ਜਾਣਾ ਅਖੀਰ ਦੇ ਵਿੱਚ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਮੈਂ ਆਪਣੀ ਥਾਂ ਲੈਂਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਹੋਰ